ਹੈਲੋ, ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਮੇਰੇ ਚੈਨਲ ਪੰਜਾਬੀ ਰਸੋਈ ਦੇ ਵਿੱਚ। ਫਰੈਂਡਸ, ਅੱਜ ਅਸੀਂ ਬਣਾਵਾਂਗੇ ਜੀ ਅੰਬੀਆਂ ਦੀ ਚਟਨੀ। ਅਤੇ ਇਹ ਚਟਨੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ, ਅਤੇ ਜਦੋਂ ਵੀ ਅਸੀਂ ਰੋਟੀ ਖਾਂਦੇ ਹਾਂ ਅਤੇ ਚਟਨੀ ਨੂੰ ਨਾਲ ਅਗਰ ਲੈ ਲਈਏ ਤਾਂ ਜਿਹੜੀ ਰੋਟੀ ਦਾ ਸਵਾਦ ਆ ਉਹ ਦੁੱਗਣਾ ਹੋ ਜਾਂਦਾ ਹੈ। ਉਹਦੇ ਲਈ ਦੇਖੋ, ਸਭ ਤੋਂ ਪਹਿਲਾਂ ਮੈਂ ਪੁਦੀਨਾ ਲੈ ਲਿਆ, ਅੰਬੀਆਂ ਨੂੰ ਮੈਂ ਕੱਟ ਲਿਆ, ਇੱਕ ਅੰਬੀ ਵੱਡੇ ਸਾਈਜ਼ ਦੀ ਲਈ ਸੀ, ਅਤੇ ਦੋ ਹੀ ਮੈਂ ਇਹਦੇ ਵਿੱਚ ਹਰੀਆਂ ਮਿਰਚਾਂ ਪਾਵਾਂਗੀ, ਅਤੇ ਦੋ ਵੱਡੇ ਸਾਈਜ਼ ਦੇ ਪਿਆਜ਼ ਨੂੰ ਕੱਟ ਲਿਆ ਮੈਂ। ਚਲੋ ਫਿਰ ਸਟਾਰਟ ਕਰਦੇ ਹਾਂ ਜੀ ਬਣਾਉਣਾ। ਅਸੀਂ ਚਟਨੀ ਨੂੰ ਕੂੰਡੇ ਡੰਡੇ 'ਚ ਬਣਾਵਾਂਗੇ। ਤੁਸੀਂ ਕਮੈਂਟ ਕਰਕੇ ਦੱਸੋ ਕਿ ਤੁਹਾਡੇ ਉੱਧਰ, ਮਤਲਬ ਜਿੱਧਰ ਵੀ ਤੁਸੀਂ ਰਹਿੰਦੇ ਹੋ ਤੁਹਾਡੇ ਇਲਾਕੇ 'ਚ ਇਹਨੂੰ ਕੀ ਕਹਿੰਦੇ ਆ। ਸਾਡੇ ਇੱਧਰ ਕੂੰਡਾ ਡੰਡਾ ਹੀ ਬੋਲਦੇ ਆ। ਅਤੇ ਕੂੰਡੇ ਡੰਡੇ ਵਿੱਚ ਅਸੀਂ ਇਹਨਾਂ ਨੂੰ ਪਹਿਲਾਂ ਕੱਟ ਲਾਂਗੇ। ਅੰਬੀਆਂ, ਹਰੀ ਮਿਰਚ ਅਤੇ ਪੁਦੀਨਾ, ਇਹ ਤਿੰਨ ਚੀਜ਼ਾਂ ਪਹਿਲਾਂ ਮੈਂ ਪਾਈਆਂ ਨੇ। ਇਹਨਾਂ ਨੂੰ ਚੰਗੀ ਤਰ੍ਹਾਂ ਅਸੀਂ ਕੁੱਟ ਲਾਂਗੇ। ਪਰ ਕੁੱਟਣ ਲੱਗੇ ਧਿਆਨ ਰੱਖਿਓ ਕਿ ਧਿਆਨ ਨਾਲ ਕੁੱਟਣਾ, ਕਿਉਂਕਿ ਹਰੀ ਮਿਰਚ ਹੈ ਇਹਦੇ ਵਿੱਚ ਪਾਈ। ਅਤੇ ਅਗਰ ਕੋਈ ਬੀ ਵਗੈਰਾ ਦਾ ਧਿਆਨ ਰੱਖਣਾ, ਯੱਕ ਵਗੈਰਾ 'ਚ ਨਾ ਪੈ ਜੇ। ਲਓ ਜੀ, ਦੇਖੋ ਬਰੀਕ ਹੋ ਗਿਆ ਜੋ ਜੋ ਸਮਾਨ ਅਸੀਂ ਪਾਇਆ ਸੀ। ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਕੱਟਿਆ ਹੋਇਆ ਪਿਆਜ਼। ਪਿਆਜ਼ ਨੂੰ ਪਾ ਕੇ ਫਿਰ ਅਸੀਂ ਇਹਨੂੰ ਚੰਗੀ ਤਰ੍ਹਾਂ ਕੁੱਟ ਲਾਂਗੇ। ਇਹਨੂੰ ਕੁੱਟਣ ਨਾਲ ਜਿਹੜਾ ਪਿਆਜ਼ ਹੈ ਉਹ ਆਪਣਾ ਪਾਣੀ ਜਿਹੜਾ ਉਹ ਛੱਡ ਦਿੰਦਾ ਹੈ। ਚੰਗੀ ਤਰ੍ਹਾਂ ਅਸੀਂ ਇਹਨੂੰ ਬਰੀਕ ਕਰ ਲੈਣਾ। ਲਓ ਜੀ ਫਰੈਂਡਸ, ਇਹ ਦੇਖੋ ਪਿਆਜ਼ ਵੀ ਅਸੀਂ ਕੁੱਟ ਲਿਆ। ਨਮਕ ਪਾ ਦਾਂਗੇ, ਇੱਕ ਚਮਚ ਦੇ ਕਰੀਬ ਪਾਇਆ, ਅਤੇ ਥੋੜ੍ਹੀ ਜਿਹੀ ਮੈਂ ਇਹਦੇ ਵਿੱਚ ਸ਼ੱਕਰ ਪਾ ਰਹੀ ਹਾਂ, ਤੁਸੀਂ ਚੀਨੀ ਵੀ ਲੈ ਸਕਦੇ ਹੋ। ਅਤੇ ਚੰਗੀ ਤਰ੍ਹਾਂ ਅਸੀਂ ਇਹਨੂੰ ਕੁੱਟ ਲਾਂਗੇ। ਜੋ ਮਜ਼ਾ ਕੂੰਡੇ ਡੰਡੇ ਦੀ ਚਟਨੀ ਦਾ ਆ, ਉਹ ਮਜ਼ਾ ਮਿਕਸੀ ਵਾਲੀ ਚਟਨੀ ਦਾ ਬਿਲਕੁਲ ਨਹੀਂ ਆਉਂਦਾ। ਉਹ ਖਾਣ 'ਚ ਬਿਲਕੁਲ ਟੇਸਟੀ ਨਹੀਂ ਲੱਗਦੀ। ਇਹੋ ਚਟਨੀ ਜਿਹੜੀ ਆ ਉਹ ਬੈਸਟ ਹੈ। ਲਓ ਜੀ, ਚਟਨੀ ਹੁਣ ਸਾਡੀ ਬਣ ਗਈ ਹੈ। ਇਹਨੂੰ ਅਸੀਂ ਕੱਢ ਲਾਂਗੇ ਬਾਹਰ। ਲਓ ਜੀ, ਅੰਬੀਆਂ ਦੀ ਚਟਨੀ ਸਾਡੀ ਬਣ ਕੇ ਬਿਲਕੁਲ ਰੈਡੀ ਹੈ। ਤੁਸੀਂ ਵੀ ਆਪਣੇ ਘਰ 'ਚ ਜ਼ਰੂਰ ਟਰਾਈ ਕਰਿਓ। ਅਗਰ ਤੁਹਾਨੂੰ ਮੇਰੀ ਰੈਸਪੀ ਵਧੀਆ ਲੱਗੇ, ਲਾਈਕ, ਸ਼ੇਅਰ ਅਤੇ ਕਮੈਂਟ ਜ਼ਰੂਰ ਕਰਿਓ। ਅਗਰ ਤੁਸੀਂ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ। ਥੈਂਕ ਯੂ।